नहीं हजे सर्च जारी हैगी है ते साडा जिहड़ा मेन मकसद हैगा पंजाब च लॉ एंड ऑर्डर नूं मेंटेन करन वास्ते पंजाब पुलिस सक्षम हैगी है किसी भी कीमत पे पंजाब दा जिहड़ा लॉ एंड ऑर्डर है वो मेंटेन किया जाऊगा ते किसी नूं भी माहौल खराब करने की कोई इजाजत नहीं हैगी जिहड़ा कोई इहो जिहा करूगा ओहदे खिलाफ सख्त कार्रवाई की जाएगी। चूक कित्थे होई है क्योंकि बाकी बंदे फड़े गए अमृतपाल जिहड़ा कि फरार हो गया सर। नहीं चूक तो नहीं कह सकते चोर पुलिस दा गेम हैगा सम टाइम ਭੱਜਣ ਚ ਕਾਮਯਾਬ ਹੋ ਜਾਂਦੇ ਬਟ ਅਲਟੀਮੇਟਲੀ ਅਸੀਂ ਬਹੁਤ ਜਲਦੀ ਉਹਨੂੰ ਅਰੈਸਟ ਕਰ ਨਹੀਂ ਇਹਦੇ ਚੇਜਿੰਗ ਇਹਦੀ ਗੱਡੀ ਦੀ ਚੇਜਿੰਗ ਹੋ ਰਹੀ ਸੀ 20-25 ਕਿਲੋਮੀਟਰ ਇਹਦੀ ਚੇਜਿੰਗ ਹੋਈ ਹੈ ਉਸ ਤੋਂ ਬਾਅਦ ਕਿਉਂਕਿ ਫਰੰਟ ਤੇ ਸੀਗਾ ਤਾਂ ਨੈਚੁਰਲੀ ਉਹਨੂੰ ਥੋੜ੍ਹਾ ਐਡਵਾਂਟੇਜ ਸੀਗਾ ਨਾਲੇ ਉੱਥੇ ਸੜਕ 'ਤੇ ਜਿਹੜਾ ਗਲੀਆਂ ਬਹੁਤ ਹੀ ਭੀੜੀ ਸੀਗੀ ਜਿੱਥੇ ਉਹਦੇ ਐਂਟਰੀ ਕਰਕੇ ਬਾਅਦ 'ਚ ਇਹਦੇ ਆਪਣੀ ਗੱਡੀ ਚੇਂਜ ਕਰਕੇ ਕਿਸੇ ਤਰੀਕੇ ਨਾਲ ਨਿਕਲ ਗਿਆ ਬਟ ਬਾਕੀ ਅਸੀਂ ਜਿਹੜੇ ਸਾਰੇ ਮੈਂਬਰ ਸੀਗੇ ਸਾਰੇ ਵੈਪਨ ਸੀਗੇ ਉਹ ਅਸੀਂ ਉੱਥੇ ਮੌਕੇ 'ਤੇ ਪੰਜਾਬ 'ਚ ਨੇ ਜਾਂ ਪੰਜਾਬ ਤੋਂ ਬਾਹਰ ਲੱਗਦੇ ਨੇ ਸਰਦਾਰ 144 ਨਹੀਂ ਇਹ ਤਾਂ ਸਾਡੇ ਰੀਚ ਹੈਗੀ ਹੈ ਬਾਕੀ ਤਾਂ ਮੈਂ ਆਪਣੇ ਬਾਰੇ ਹੀ ਦੱਸ ਸਕਦਾ ਬਾਕੀ ਬਹੁਤ ਜਲਦੀ ਇਹਨੂੰ ਅਸੀਂ ਅਰੈਸਟ ਕਰ ਦਿੰਦੇ ਬਾਕੀ ਸਟੇਟ ਨਾਲ ਵੀ ਗੱਲਬਾਤ ਕੀਤੀ ਹੈ ਸੈਂਟਰ ਨਾਲ ਵੀ ਗੱਲਬਾਤ ਕੀਤੀ ਹੈ ਇਸ ਦੇ ਇਸ ਨੂੰ ਕਰਨ ਲਈ ਇਹ ਤਾਂ ਹਾਇਰ ਅਥਾਰਟੀ ਦੱਸ ਸਕਦੀ ਹੈ ਬਟ ਅਸੀਂ ਆਪਣੀ ਆਪਣੇ ਲੈਵਲ ਤੇ ਪੂਰੀ ਕੋਸ਼ਿਸ਼ ਕਰ ਰਹੇ ਬਹੁਤ ਜਲਦੀ ਤੁਹਾਨੂੰ ਕੀ ਲੱਗ ਰਿਹਾ ਪੰਜਾਬ 'ਚ ਹੈ ਕਿ ਜਾਂ ਪੰਜਾਬ ਤੋਂ ਬਾਹਰ ਨੇ ਜਿਹੜੇ ਵੈਪਨ ਫੜੇ ਗਏ ਆ ਉਹ ਸਾਰੇ ਸੀਜ਼ ਕਰ ਲਏ ਉਹਦੇ ਕਨਸਰਨ ਪੁਲਿਸ ਸਟੇਸ਼ਨ ਕਾਰਵਾਈ ਕਰ ਰਹੇ ਉਹ ਜਿਹੜੇ ਹੈਗੇ ਜਿਹੜੇ ਇਹਨਾਂ ਦੇ ਨਾਲ ਸੀਗੇ ਜੇ 12 ਬੋਰ ਜਾਂ 32 ਬੋਰ ਜਿੰਨੇ ਵੀ ਵੈਪਨ ਸੀਗੇ ਉਹ ਸਾਰੇ ਮੁਕਦੇ ਉਹ ਸਾਰੇ ਲੀਗਲ ਹੈ ਜਾਂ ਇਲੀਗਲ ਵੀ ਉਹ ਤਾਂ ਚੈੱਕ ਕਰ ਰਿਹਾ ਜੀ ਉਹ ਤਾਂ ਆਪਕੋ SSP ਰੂਰਲ ਅੰਮ੍ਰਿਤਸਰ ਹੀ ਦੱਸ ਸਰ ਕਿੰਨੀਆਂ ਇਹਨਾਂ ਦੀਆਂ ਤੁਸੀਂ ਦੋ ਗੱਡੀਆਂ ਜਿਹੜੀ ਐਂਡੈਵਰ ਸੀਗੀ ਉਹ ਕਬਜ਼ੇ 'ਚ ਅਸੀਂ ਲੈ ਲਈ ਸੀਗੀ ਜੀ ਥੈਂਕ ਯੂ ਸਰ ਜਿਵੇਂ ਅਜਨਾਲਾ ਹੋਇਆ ਕਿਆ ਉਸ ਚੀਜ਼ ਨੂੰ ਵੀ ਦੇਖਣਾ ਨਹੀਂ ਹਜੇ ਸਰਚ ਜਾਰੀ ਹੈਗੀ ਹੈ ਅਤੇ ਸਾਡਾ ਜਿਹੜਾ ਮੇਨ ਮਕਸਦ ਹੈਗਾ ਪੰਜਾਬ 'ਚ ਲੋ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਪੰਜਾਬ ਪੁਲਿਸ ਸਕਸਮ ਹੈਗੀ ਹੈ ਕਿਸੇ ਵੀ ਕੀਮਤ 'ਤੇ ਪੰਜਾਬ ਦਾ ਜਿਹੜਾ ਲੋ ਐਂਡ ਆਰਡਰ ਹੈ ਉਹ ਮੇਨਟੇਨ ਕੀਤਾ ਜਾਊਗਾ ਅਤੇ ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਕੋਈ ਇਜਾਜ਼ਤ ਨਹੀਂ ਹੈਗੀ ਜਿਹੜਾ ਕੋਈ ਇਹੋ ਜਿਹਾ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਚੂਕ ਕਿੱਥੇ ਹੋਈ ਹੈ ਕਿਉਂਕਿ ਬਾਕੀ ਬੰਦੇ ਫੜੇ ਗਏ ਅੰਮ੍ਰਿਤਪਾਲ ਜਿਹੜਾ ਕਿ ਫਰਾਰ ਹੋ ਗਏ ਸਰ। ਨਹੀਂ ਚੂਕ ਤਾਂ ਨਹੀਂ ਕਹਿ ਸਕਦੇ ਚੋਰ ਪੁਲਿਸ ਦਾ ਗੇਮ ਹੈਗਾ ਸਮ ਟਾਈਮ ਉਹ ਭੱਜਣ 'ਚ ਕਾਮਯਾਬ ਹੋ ਜਾਂਦੇ ਬਟ ਅਲਟੀਮੇਟਲੀ ਅਸੀਂ ਬਹੁਤ ਜਲਦੀ ਉਹਨੂੰ ਅਰੈਸਟ ਕਰ ਦਿੰਦੇ ਨਹੀਂ ਇਹਦੇ ਚੇਜਿੰਗ ਇਹਦੀ ਗੱਡੀ ਦੀ ਚੇਜਿੰਗ ਹੋ ਰਹੀ ਸੀ 20-25 ਕਿਲੋਮੀਟਰ ਇਹਦੀ ਚੇਜਿੰਗ ਹੋਈ ਹੈ ਉਸ ਤੋਂ ਬਾਅਦ ਕਿਉਂਕਿ ਫਰੰਟ 'ਤੇ ਸੀਗਾ ਤਾਂ ਨੈਚੁਰਲੀ ਉਹਨੂੰ ਥੋੜ੍ਹਾ ਐਡਵਾਂਟੇਜ ਸੀਗਾ ਨਾਲੇ ਉੱਥੇ ਸੜਕ 'ਤੇ ਜਿਹੜਾ ਗਲੀਆਂ ਬਹੁਤ ਹੀ ਭੀੜੀ ਸੀਗੀ ਜਿੱਥੇ ਉਹਦੇ ਐਂਟਰੀ ਕਰਕੇ ਬਾਅਦ 'ਚ ਇਹਦੇ ਆਪਣੀ ਗੱਡੀ ਚੇਂਜ ਕਰਕੇ ਕਿਸੇ ਤਰੀਕੇ ਨਾਲ ਨਿਕਲ ਗਿਆ ਬਟ ਬਾਕੀ ਅਸੀਂ ਜਿਹੜੇ ਸਾਰੇ ਮੈਂਬਰ ਸੀਗੇ ਸਾਰੇ ਵੈਪਨ ਸੀਗੇ ਉਹ ਅਸੀਂ ਉੱਥੇ ਮੌਕੇ 'ਤੇ ਪੰਜਾਬ 'ਚ ਨੇ ਜਾਂ ਪੰਜਾਬ ਤੋਂ ਬਾਹਰ ਲੱਗਦੇ ਨੇ 144 ਨਹੀਂ ਇਹ ਤਾਂ ਸਾਡੇ ਰੀਚ ਹੈਗੀ ਹੈ ਬਾਕੀ ਤਾਂ ਮੈਂ ਆਪਣੇ ਬਾਰੇ ਹੀ ਦੱਸ ਸਕਦਾ ਬਾਕੀ ਬਹੁਤ ਜਲਦੀ ਇਹਨੂੰ ਅਸੀਂ ਅਰੈਸਟ ਕਰ ਦਿੰਦੇ ਇਹ ਤਾਂ ਹਾਇਰ ਅਥਾਰਟੀ ਦੱਸ ਸਕਦੀ ਬਟ ਅਸੀਂ ਆਪਣੀ ਆਪਣੇ ਲੈਵਲ ਤੇ ਪੂਰੀ ਕੋਸ਼ਿਸ਼ ਕਰ ਰਹੇ ਬਹੁਤ ਜਲਦੀ ਜਿਹੜੇ ਵੈਪਨ ਫੜੇ ਗਏ ਆ ਉਹ ਸਾਰੇ ਸੀਜ਼ ਕਰ ਲਏ ਉਹਦੇ ਕਨਸਰਨ ਪੁਲਿਸ ਸਟੇਸ਼ਨ ਕਾਰਵਾਈ ਕਰ ਰਹੇ ਉਹ ਜਿਹੜੇ ਹੈਗੇ ਜਿਹੜੇ ਇਹਨਾਂ ਦੇ ਨਾਲ ਸੀਗੇ ਜੇ 12 ਬੋਰ ਜਾਂ 32 ਬੋਰ ਜਿੰਨੇ ਵੀ ਵੈਪਨ ਸੀਗੇ ਉਹ ਸਾਰੇ ਮੁਕਦੇ ਉਹ ਤਾਂ ਚੈੱਕ ਕਰ ਰਿਹਾ ਜੀ ਉਹ ਤਾਂ ਆਪਕੋ SSP ਰੂਰਲ ਅੰਮ੍ਰਿਤਸਰ ਹੀ ਦੱਸ ਦੋ ਗੱਡੀਆਂ ਜਿਹੜੀ ਐਂਡੈਵਰ ਸੀਗੀ ਉਹ ਕਬਜ਼ੇ 'ਚ ਅਸੀਂ ਲੈ ਲਈ ਸੀਗੀ ਜੀ ਥੈਂਕ ਯੂ ਸਰ ਜਿਵੇਂ ਅਜਨਾਲਾ ਹੋਇਆ ਕਿਆ ਉਸ ਚੀਜ਼ ਨੂੰ ਵੀ ਦੇਖਣਾ